ਤੇ ਬ੍ਰੇਕ ਤੋਂ ਬਾਅਦ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਅੱਜ ਗੱਲ ਕਰ ਰਹੇ ਹਾਂ ਜਿਹੜੇ ਗਾਣੇ ਜਿਨ੍ਹਾਂ ਨੂੰ ਲੱਚਰ ਕਿਹਾ ਜਾਂਦਾ, ਲੱਚਰ ਗਾਇਕੀ ਦੀ ਅਸੀਂ ਗੱਲ ਕਰ ਰਹੇ ਹਾਂ। ਇੱਕ ਤਜਵੀਜ਼ ਰੱਖੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ, ਨਵਜੋਤ ਸਿੰਘ ਸਿੱਧੂ ਵੱਲੋਂ, ਕਿ ਇਹ ਇੱਕ ਕਮੇਟੀ ਅਸੀਂ ਬਣਾਵਾਂਗੇ, ਸੱਭਿਆਚਾਰ ਕਮੇਟੀ, ਜੋ ਕਿ ਹੁਣ ਨਿਗਰਾਨੀ ਕਰੇਗਾ ਉਹਨਾਂ ਸ਼ਬਦਾਵਲੀ ਦੇ ਉੱਤੇ, ਉਹਨਾਂ ਵਰਡਸ ਦੇ ਉੱਤੇ, ਉਹਨਾਂ ਲਿਰਿਕਸ ਦੇ ਉੱਤੇ ਜੋ ਕਿ ਹੱਲਾਸ਼ੇਰੀ ਦੇ ਰਹੀਆਂ ਹਨ ਸਾਡੇ ਸਮਾਜ ਨੂੰ, ਸਾਡੇ ਬੱਚਿਆਂ ਨੂੰ, ਜੋ ਕਿ ਉਹ ਉਸ ਪਾਸੇ ਮੁੜ ਰਹੇ ਹਨ ਜੋ ਕਿ ਅੱਜ ਕੱਲ੍ਹ ਦੇ ਗਾਣੇ ਚੱਲ ਰਹੇ ਹਨ। ਉਹ ਵੀ ਮੈਂ ਦਿਖਾਵਾਂਗਾ ਤੁਹਾਨੂੰ ਜਿਹੜੇ ਗਾਣਿਆਂ ਨੇ ਅੱਜ ਕੱਲ੍ਹ ਆਪਣੇ ਸਮਾਜ ਦੇ ਵਿੱਚ ਜਗ੍ਹਾ ਬਣਾਈ ਹੋਈ ਹੈ, ਜਿਸ ਤਰੀਕੇ ਨਾਲ ਉਹ ਐਂਟਰ ਹੋ ਰਹੇ ਨੇ ਉਸੇ ਪਾਸੇ ਸਾਡੇ ਬੱਚਿਆਂ ਨੂੰ ਵੀ ਮੋੜ ਰਹੇ ਨੇ। ਲੇਕਿਨ ਕਾਲਸ ਮੈਨੂੰ ਬਹੁਤ ਸਾਰੀਆਂ ਆ ਰਹੀਆਂ ਹਨ, ਮੈਂ ਚਾਹੁੰਦਾ ਕਿ ਤੁਸੀਂ ਵੀ ਇਸ ਮੁਤਲਕ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਕਰੋ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਹਰਕੀਰਤ ਸਿੰਘ ਜੀ, ਮੈਂ ਦਾਸ ਗੁਰਦੇਵ ਸਿੰਘ ਭੋਗਲ ਬੋਲ ਰਿਹਾ, UK ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੋਗਲ ਜੀ, ਠੀਕ ਹੋ? ਜੀ, ਚੜ੍ਹਦੀ ਕਲਾ, ਅੱਧਾ ਘੰਟਾ ਪੂਰਾ ਹੋ ਗਿਆ, 31 ਮਿੰਟ ਹੋ ਗਿਆ ਵੇਟ ਕਰਦਿਆਂ ਨੂੰ। ਜੀ 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 ਭੋਗਲ ਜੀ, ਬਹੁਤ ਕਾਲਸ ਵੇਟਿੰਗ ਦੇ ਵਿੱਚ ਹੈ, ਕੀ ਕਹਿਣਾ ਚਾਹੋਗੇ, ਫਰਮਾਓ। ਮੈਂ ਤੇ ਦੋ ਚਾਰ ਗੱਲਾਂ ਕਰਨੀਆਂ। ਮੈਂ ਤੇ ਸਿਰਫ ਇਹ ਕਹਿਣਾ ਭਈ, ਤੁਹਾਡੇ ਜਿਹੜੇ ਹਮ ਜਮਾਤੀ ਆਏ ਸੀ ਨਾ, ਜੀ ਜੀ ਜੀ, ਉਹ ਸਿੱਖੀ ਸਰੂਪ ਵਿੱਚ ਉਹਨਾਂ ਨੇ ਬੜੀਆਂ ਅੱਛੀਆਂ ਗੱਲਾਂ ਕੀਤੀਆਂ। ਮੈਂ ਵੈਸੇ ਬਹੁਤ ਪਸੰਦ ਕਰਦਾ, ਆਪੋ ਆਪਣੀ ਪਸੰਦ ਆ, ਕੋਈ ਜਿਹੜੇ ਜਿਹੜਾ 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 ਗਾਇਕ ਦਸਤਾਰ ਕੇ ਜਿਹੜਾ ਸਾਫ ਸੁਥਰੇ ਗੀਤ ਗਾਉਂਦਾ, ਉਹ ਦੋ ਕੰਮ ਕਰਦਾ ਇੱਕੋ ਵੇਲੇ, ਇੱਕ ਤਾਂ ਉਹ ਵਿਰਸੇ ਨੂੰ ਪ੍ਰਮੋਟ ਕਰ ਰਿਹਾ, ਦੂਸਰਾ ਸਿੱਖੀ ਸਰੂਪ ਨੂੰ ਪ੍ਰਮੋਟ ਕਰ ਰਿਹਾ। ਕਰੈਕਟ 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 ਕਈ ਮੈਂ ਸਿੰਗਰਸ ਨੇ ਉਹਨਾਂ ਦੀ ਤਾਰੀਫ ਵੀ ਕਰਾਂਗੇ ਕਿ ਉਹਨਾਂ ਨੇ ਟਰਬਨ ਅੱਜ ਵੀ ਬੰਨੀ ਹੋਈ ਹੈ, ਉਹਨਾਂ ਨੂੰ ਵੇਖ ਕੇ ਬਿਲਕੁਲ ਕਈ ਸਾਡੇ ਬੱਚੇ ਨੇ ਟਰਬਨ ਬੰਨੀ ਸ਼ੁਰੂ ਕਰਤੀ ਹੈ। ਆਈ ਰੀਅਲੀ ਰਿਸਪੈਕਟ। ਮੈਂ ਕਹਿੰਦਾ ਦੋ ਕੰਮ, ਮੈਂ ਤਾਂ ਕਹਿ ਦਿੱਤਾ, ਮੈਨੂੰ 2 ਮਿੰਟ ਲੈਣੇ, ਮੈਂ ਇਹ ਦੋ ਕੰਮ ਹੋ ਰਹੇ ਨੇ, ਜਦੋਂ 10 ਤਾਰੀਖ ਕੋ ਗੀਤ ਗਾਉਂਦਾ ਸਾਫ ਸੁਥਰੇ, ਦੋ ਕੰਮ ਹੋ ਰਹੇ ਨੇ, ਇੱਕ ਤੀਰ ਦਾ ਦੋ ਨਿਸ਼ਾਨੇ ਕਰ ਰਿਹਾ, ਮੈਂ ਉਹਨਾਂ ਸ਼ਾਬਾਸ਼ ਦੇਣਾ ਜਿਹੜੇ ਦਸਤਾਰ ਬੰਨ ਕੇ ਗੀਤ ਗਾਉਂਦੇ ਨੇ, ਤੇ ਨੰਬਰ 2 ਇਹ ਜਿਹੜੇ 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 ਗੀਤਕਾਰ ਹੁੰਦੇ ਨੇ ਆਪਣੇ, ਹਰਕੀਰ ਸਿੰਘ ਜੀ, ਇਹ ਕਲਮਾ ਵਾਲਿਆਂ ਦੀ ਬੜੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਕਲਮਾ ਸਮਾਜ ਸੁਧਾਰਕ ਹੁੰਦੀਆਂ ਨੇ, ਤਾਂ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ 52 ਕਵੀ ਰੱਖੇ ਸਨ ਆਪਣੇ ਕੋਲ, ਉਹਨਾਂ ਦੇ ਗੀਤ ਤੇ ਉਹਨਾਂ ਦੇ ਗਾਣੇ ਤੇ ਉਹਨਾਂ ਦੀ ਕਲਮਾਂ ਤੋਂ ਜਿਹੜੇ ਸਾਹਿਤ ਲਿਖਿਆ ਜਾਂਦਾ ਸੀ, ਉਹ ਸਾਰੀ ਦੁਨੀਆਂ ਤੱਕ, ਸਾਰੇ ਸਮਾਜ ਤੱਕ ਜਾਂਦਾ ਸੀ, ਕਿਉਂਕਿ ਕਲਮਾ ਸਮਾਜ ਸੁਧਾਰਕ ਹੁੰਦੀਆਂ ਨੇ। ਨੰਬਰ 2। ਨੰਬਰ 3 ਜਿਹੜੇ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਨਾ, ਵਿਆਹ ਸ਼ਾਦੀਆਂ ਨੂੰ, ਹਰਕੀਰ ਸਿੰਘ, ਜਿਹੜੇ ਜਿਸ ਵੇਲੇ 2-4 ਗਲਾਸੀਆਂ ਲਾਉਂਦੇ ਨੇ, ਉਹ ਸ਼ਰਾਬ ਦੀਆਂ ਬੋਤਲਾਂ ਮੈਂ ਆਪ ਦੇਖਿਆ, ਮੈਂ ਵੀ ਤਾਂ ਦੁਨੀਆਂ ਵਿੱਚ ਸਮਾਜ ਵਿਚਰਦਾ ਹੀ ਆ ਨਾ, ਪਾਰਟੀ ਦੇ ਵਿਆਹਾਂ ਨੂੰ ਜਾਂਦਾ ਹੀ ਆ ਨਾ, ਤੇ ਉਹ ਸ਼ਰਾਬ ਜਦੋਂ ਭੰਗੜਾ ਪੈਂਦਾ, ਸ਼ਰਾਬ ਦੀਆਂ ਬੋਤਲਾਂ ਸਿਰ ਤੇ ਰੱਖ ਕੇ ਨੱਚਦੇ ਨੇ, ਭੰਗੜਾ ਪਾਉਂਦੇ ਨੇ, ਉਹ ਯਾਰੋ ਮੈਂ ਕਹਿੰਦਾ ਉਹਨਾਂ ਵੀ, ਜਿਹੜੇ ਬੱਚੇ 12 ਸਾਲ ਦੇ ਨੇ, ਉਹ ਕਹਿੰਦੇ, ਉਹ ਜਦੋਂ ਦੇਖਦੇ ਹੋਣਗੇ ਤਾਂ ਉਹ ਕਹਿੰਦੇ ਹੀ ਆ ਨਾ ਵੀ ਇਹ ਕੰਮ ਕਰਨਾ ਠੀਕ ਹੁੰਦਾ। ਇਸ ਕਰਕੇ ਇਹਨਾਂ ਨੂੰ ਆਪ ਹੀ ਇਹਨਾਂ ਨੂੰ ਹਟ ਜਾਣਾ ਚਾਹੀਦਾ, ਜਿਹੜੇ ਇਸ ਤਰ੍ਹਾਂ ਕਰਦੇ, ਇਹਨਾਂ ਸੰਨਿਆਸ ਲੈਣਾ ਚਾਹੀਦਾ ਇਹਨਾਂ ਗੱਲਾਂ ਤੋਂ। ਔਰ ਤੀਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਜਦੋਂ ਜੇ ਤੁਸੀਂ ਆਪਣਾ ਸਾਫ਼ ਸੁਥਰਾ, ਆਪਣਾ ਵਿਰਸਾ ਸਾਫ਼ ਸੁਥਰਾ ਗਾਹਾਂ ਅਗਲੀਆਂ ਪਨੀਰੀਆਂ ਨੂੰ ਪੇਸ਼ ਕਰਨਾ ਜਾਂ ਦੇਣਾ ਆ, ਤਾਂ ਉਹਦੇ ਵਿੱਚ ਮੇਰੇ ਹਿਸਾਬ ਨਾਲ ਤਾਂ 3 ਸ਼ਬਦ ਕੱਢ ਦੇਣੇ ਚਾਹੀਦੇ ਆ, ਜੱਟ, ਸ਼ਰਾਬ ਤੇ ਬੰਦੂਕ। ਜੀ 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 ਤੇ ਸਭ ਆਪਣੇ ਆਪ ਹੀ ਸਾਫ਼ ਸੁਥਰਾ ਹੋ ਜਾਏਗਾ ਸਾਡਾ ਵਿਰਸਾ। ਮੈਂ ਸਿਰਫ ਇੱਕ ਲਾਸਟ ਇੱਕ ਸ਼ੇਅਰ ਬੋਲਣਾ, ਉਹ ਕਲਮਾ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ, ਤੁਸੀਂ ਵੀ ਬੇਨਤੀ ਕਰਦੇ ਹੋ ਆਪਣੇ ਪ੍ਰੋਗਰਾਮ 'ਚ, ਮੈਂ ਵੀ ਬੇਨਤੀ ਕਰਨ ਲੱਗਾ, 2-4 ਲਾਈਨਾਂ ਨੇ ਸਿਰਫ, ਸ਼ੇਅਰ ਛੋਟਾ ਹੁੰਦਾ ਕਵਿਤਾ ਵੱਡੀ ਹੁੰਦੀ, ਮੈਂ ਸ਼ੇਅਰ ਕਹਿਣ ਲੱਗਾ। ਜੀ ਜੀ ਜੀ, ਤੁਸੀਂ ਵੀ ਸੁਨੇਹਾ ਦੇ ਰਹੇ, ਮੈਂ ਵੀ ਬੇਨਤੀ ਕਰ ਰਿਹਾ, ਤੁਸੀਂ ਵੀ ਉਹੀ ਕੰਮ ਕਰ ਰਹੇ ਹੋ। ਲਿਖਿਆ ਵੀ ਕਲਮਾ ਵਾਲਿਓ, ਕਲਮਾ ਦੀ ਲਾਜ ਰੱਖੋ, ਕਲਮਾ ਵਾਲਿਓ, ਕਲਮਾ ਦੀ ਲਾਜ ਰੱਖੋ, ਕਲਮਾ ਨੇ ਹੀ ਕਦਰਾਂ ਕੀਮਤਾਂ ਉਭਾਰੀਆਂ ਨੇ, ਹਰ ਸ਼ੈ ਨੂੰ ਸੋਹਣੇ ਸਾਥੀ ਦੀ ਲੋੜ ਹੁੰਦੀ, ਤਾਂਹੀਓ ਤੁਹਾਡੀਆਂ ਵੀ ਕਈ ਜ਼ਿੰਮੇਵਾਰੀਆਂ ਨੇ। ਕਲਮਾ ਵਾਲੇ ਹੋ, ਕਲਮਾ ਦੀ ਰਾਜ ਰੱਖੋ, ਕਲਮਾ ਨੇ ਹੀ ਕਦਰਾਂ ਕੀਮਤਾਂ ਉਭਾਰੀਆਂ ਨੇ, ਓਏ ਹਰ ਸ਼ੈ ਨੂੰ ਸੋਹਣੇ ਸਾਥੀ ਦੀ ਲੋੜ ਹੁੰਦੀ, ਤਾਂਹੀਓ ਤੁਹਾਡੀਆਂ ਵੀ ਕਈ ਜ਼ਿੰਮੇਵਾਰੀਆਂ ਨੇ, ਬਈ ਜਿਨ੍ਹਾਂ ਕਲਮਾ ਨੂੰ ਸੂਰਤ ਤੇ ਸੀਰਤ ਦੀ ਸਾਰ ਹੁੰਦੀ, ਜਿਨ੍ਹਾਂ ਕਲਮਾਂ ਨੂੰ ਸੂਰਤ ਤੇ ਸੀਰਤ ਦੀ ਸਾਰ ਹੁੰਦੀ, ਉਹੀ ਉਹ ਜੱਗ ਤੇ ਜਾਂਦੀਆਂ ਸਤਿਕਾਰੀਆਂ ਨੇ, ਉਹ ਅਸ਼ਲੀਲਤਾ ਨਾਲ ਹੀ ਜਿਨ੍ਹਾਂ ਦਾ ਇਸ਼ਕ ਹੁੰਦਾ, ਉਹੀ ਵਿਰਸੇ ਲਈ ਬਣਦੀਆਂ ਭਾਰੀਆਂ ਨੇ। ਕੀ ਬਾਤ ਹੈ, ਕੀ ਬਾਤ ਹੈ, ਜਿਹਦੀ ਗੱਲ ਕਰ ਰਹੇ ਅਸੀਂ ਅੱਜ, ਆਖਰੀ 2 ਲਾਈਨਾਂ ਨੇ ਹਰਕੀਰਤ ਸਿੰਘ, ਬਈ ਸੇਵਾ ਸਮਾਜ ਦੀ ਜਿਹੜੀਆਂ ਨਾ ਕਰ ਸਕੀਆਂ, ਸੇਵਾ ਸਮਾਜ ਦੀ ਜਿਹੜੀਆਂ ਨਾ ਕਰ ਸਕੀਆਂ, ਉਹ ਕਲਮਾ ਹੀ ਜਾਂਦੀਆਂ ਫਿਟਕਾਰੀਆਂ ਨੇ, ਉਹ ਕ੍ਰਾਂਤੀਕਾਰੀ ਬਣ ਬਖਸ਼ਣ ਸਰਦਾਰੀਆਂ ਜੋ, ਉਹ ਕਲਮਾ ਵੀ ਭੋਗਲ ਕਰਮਾਂ ਵਾਲੀਆਂ ਨੇ, ਯਾਰੋ ਕ੍ਰਾਂਤੀਕਾਰੀ ਬਣ ਬਖਸ਼ਣ ਸਰਦਾਰੀਆਂ ਜੋ, ਉਹ ਕਲਮਾ ਹੀ ਭੋਗਲ ਕਰਮਾਂ ਵਾਲੀਆਂ ਨੇ, ਓਏ ਉਹ ਕਲਮਾ ਹੀ ਭੋਗਲ ਕਰਮਾਂ ਵਾਲੀਆਂ ਨੇ, ਬਈ ਉਹ ਕਲਮਾ ਹੀ ਭੋਗਲ ਕਰਮਾਂ ਵਾਲੀਆਂ ਨੇ। ਕੀ ਬਾਤ ਹੈ ਭੋਗਲ ਜੀ, ਬਹੁਤ ਖੂਬ ਲਿਖਿਆ, ਬਹੁਤ ਬਹੁਤ ਧੰਨਵਾਦ ਭੋਗਲ ਜੀ। ਸਮਾਂ ਨਹੀਂ ਹੈਗਾ ਅੱਜ ਬਹੁਤਾ, ਹੋਰ ਵੀ ਕਾਲਰਸ ਕਾਲ ਕਰ ਰਹੇ ਨੇ,
हैलो सत श्री अकाल जी, तुसी ऑन एयर हो, कित्थों बोल रहे हो? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਮੈਂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ, ਕੀ ਕਹਿਣਾ ਚਾਹੋਗੇ? ਮੈਂ ਮੁੱਦਾ ਤੁਹਾਡਾ ਬਹੁਤ ਵਧੀਆ ਜੀ 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 ਜੀ। ਮੈਂ ਸਿਰਫ ਇੱਕ ਚੀਜ਼ ਪੁੱਛਣਾ ਚਾਹੁੰਦਾ ਜੀ ਜੀ, ਕਿ ਭਾਈ ਸਾਹਿਬ ਜਿਹੜੇ ਹਰਭਜਨ ਸਿੰਘ ਆ ਰਹੇ ਨੇ, ਹਰਭਜਨ ਸਿੰਘ ਜੀ ਜੀ ਜੀ, ਕੀ ਉਹਨਾਂ ਦਾ ਸਲੋਟ ਫਿਕਸ ਆ ਕਿ 10 ਮਿੰਟ ਉਹਨਾਂ ਨੇ ਬੋਲਣਾ, ਦੂਜਿਆਂ ਬੰਦਿਆਂ ਦੇ ਤੁਸੀਂ ਗੱਲ ਘੁੱਟ ਦਿੰਦੇ ਹੋ? ਨਹੀਂ ਨਹੀਂ ਜੀ, ਬਿਲਕੁਲ ਤੁਸੀਂ ਗੋ ਅਹੈਡ, ਸਾਨੂੰ ਬਹੁਤ ਸਾਰੇ ਕਾਲਰਸ ਕਾਲ ਕਰਦੇ ਨੇ ਤੇ ਜਿਹੜੇ ਫਲੋ ਦੇ ਵਿੱਚ ਬੋਲ ਰਹੇ ਹੁੰਦੇ ਆ, ਜਿਨ੍ਹਾਂ ਦੀ ਗੱਲ ਵਾਕਈ ਮੁੱਦੇ ਦੇ ਮੁਤਲਕ ਵਾਜਿਬ ਹੁੰਦੀ ਹੈ, ਅਸੀਂ ਟਾਈਮ ਦੇ ਦਿੰਦੇ ਹਾਂ। ਤੁਸੀਂ ਉਹਦੀ ਅੱਧੀ ਗੱਲ ਦਾ ਮੁੱਦੇ ਤੇ ਹੁੰਦੀ ਨਹੀਂ ਹੈ। ਜੀ 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 ਜੀ, ਗੋ ਅਹੈਡ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਪ ਗੱਲ ਤਾਂ ਉਹਦੀ ਮੁੱਦੇ ਤੇ ਹੁੰਦੀ ਨਹੀਂ ਹੈ। ਮੈਂ ਇਹੀ ਕਹਿੰਦਾ, ਮੈਂ ਇਹ ਪੁੱਛਣਾ ਚਾਹੁੰਦਾ ਜੀ ਜੀ, ਕਿ ਉਹਦਾ ਹਰ ਇੱਕ ਐਵਰੀ ਡੇ ਜੀ ਉਹਦਾ ਕੋਈ ਸਲੋਟ ਫਿਕਸ ਆ ਕਿ ਇੰਨੇ ਵਜੇ ਤੋਂ ਇੰਨੇ ਵਜੇ? ਲਾਈਕ ਹੀ ਇਜ਼ ਲਾਈਕ ਅ ਫ੍ਰੀਕੁਐਂਟ ਕਾਲਰ ਲਾਈਕ ਯੂ। ਸਾਡੇ ਕਈ ਕਾਲਰਸ ਨੇ ਜਿਹੜੇ ਸਾਨੂੰ ਡੇਲੀ ਕਾਲ ਕਰਦੇ ਨੇ, ਔਰ ਜੋ ਕਾਲ ਸਾਨੂੰ ਕਿਊ ਦੇ ਵਿੱਚ ਆਉਂਦੀ ਹੈ ਅਸੀਂ ਉਸ ਹਿਸਾਬ ਨਾਲ ਲੈਂਦੇ ਹਾਂ ਜੀ। ਤਾਂ ਫਿਰ ਉਹਨੂੰ ਦੂਜਿਆਂ ਨਾਲ ਤੁਸੀਂ ਗੱਲ ਘੁੱਟ ਦਿੰਦੇ ਹੋ ਜੀ ਕਿ ਹੁਣ ਤੁਸੀਂ ਟਾਈਮ ਤੁਸੀਂ ਹੁਣ ਲੈ ਰਹੇ ਹੋ, ਗੋ ਅਹੈਡ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਪੁੱਛਣਾ ਚਾਹੁੰਦਾ ਕਿ ਉਹਦਾ ਸਲੋਟ ਨਹੀਂ ਜੀ, ਉਹਨਾਂ ਦੇ ਕਿਸੇ ਦਾ ਸਲੋਟ ਨਹੀਂ ਹੈਗਾ, ਤੁਸੀਂ ਇਸ ਮੁਤਲਕ ਕੋਈ ਗੱਲ ਕਰਨਾ ਚਾਹੁੰਦੇ ਹੋ? ਮੈਂ ਇਹ ਪਹਿਲੇ ਤੁਹਾਨੂੰ ਕਿਹਾ ਵੀ ਮੁੱਦਾ ਤੁਹਾਡਾ ਬਹੁਤ ਵਧੀਆ ਜੀ 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 ਜੀ, ਪਰ ਮੈਨੂੰ ਦੱਸ ਦਿਓ ਕਿ ਉਹਦਾ ਸਲੋਟ ਫਿਕਸ ਹੈ? ਕਿਸੇ ਦਾ ਸਲੋਟ ਫਿਕਸ ਨਹੀਂ ਹੈ ਜੀ, ਇਹ ਫ੍ਰੀਕੁਐਂਟ ਕਾਲਰਸ ਨੇ, ਜਿਵੇਂ ਤੁਸੀਂ ਕਾਲ ਕਰਦੇ ਹੋ, ਸਾਡੇ ਕਈ ਅਜੇ ਕਾਲਰ ਨੇ ਜਿਹੜਾ ਸਾਨੂੰ ਬਹੁਤ ਪਿਆਰ ਕਰਦੇ ਆ, ਡੇਲੀ ਕਾਲ ਕਰਦੇ ਆ, ਡੇਲੀ ਮੁੱਦਾ ਵੇਖਦੇ ਆ, ਉਹ ਸਾਡੇ ਫ੍ਰੀਕੁਐਂਟ ਕਾਲਰਸ ਨੇ। ਵੀ ਡੋਂਟ ਗਿਵ ਟਾਈਮ ਹੋਰ ਕਿਸੇ ਨੂੰ, ਅਸੀਂ ਟਾਈਮ ਜ਼ਿਆਦਾ ਨਹੀਂ ਦਿੰਦੇ ਜਾਂ ਘੱਟ ਨਹੀਂ ਦਿੰਦੇ, ਜੋ ਬੋਲ ਰਿਹਾ ਹੁੰਦਾ ਫਲੋ ਦੇ ਵਿੱਚ ਹੁੰਦਾ, ਵੀ ਗਿਵ ਅ ਟਾਈਮ, ਵੀ ਰਿਸਪੈਕਟ ਅ ਟਾਈਮ। ਸਾਡੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਅਸੀਂ ਮੈਂ ਇਹ ਕਹਿਣਾ ਚਾਹੁੰਦਾ, ਇੱਕੋ, ਜਦ ਤੱਕ ਪਬਲਿਕ ਇਹਨੂੰ ਰਿਜੈਕਟ ਨਾ ਕਰੇ ਨਾ, ਉਹ ਨਹੀਂ ਸਟਾਪ ਕਰੇ, ਕਿਉਂਕਿ ਜਿਹੜਾ ਮਾਲ ਵਿਕਦਾ ਲੋਕੀ ਉਹ ਹੀ ਜ਼ਿਆਦਾ ਭੇਟਾ ਕਰਦੇ ਨੇ, ਕਿਉਂਕਿ ਇਹ ਮਾਲ ਉਹਨਾਂ ਦਾ ਵਿਕਦਾ, ਲੋਕੀ ਸ਼ਰਾਬਾਂ ਪੀ ਕੇ ਵਾਹ ਵਾਹ ਕਰਦੇ ਨੇ। ਦੇਖੋ, ਕੋਈ ਵੀ ਬੋਰਡ ਤੁਸੀਂ ਨੋਟਿਸ ਤੇ ਲਾਓ ਨਾ, ਕੋਈ ਬੰਦਾ ਨਹੀਂ ਪੜਦਾ ਜਿਹੜਾ ਲੰਘ ਜਾਂਦਾ। ਅਗਰ ਉਹਦੇ ਉੱਤੇ ਬਿੱਲ ਕਹਿਣਾ ਨਹੀਂ ਚਾਹੁੰਦਾ, ਉੱਤੇ ਲਿਖਿਆ ਹੁੰਦਾ ਸੈਕਸ, ਥੱਲੇ ਜੋ ਮਰਜ਼ੀ ਵਰਡ ਲਿਖਿਆ ਹੋਵੇ, ਸਾਰੇ ਰੋਕੇ ਨਾ, ਬੁੱਢੇ ਜਵਾਨ ਸਭ ਪੜ ਕੇ ਲੰਘਣਗੇ। ਸੋ ਕਹਿੰਦੇ ਭਾਵੇਂ ਜਦ ਤੱਕ ਅਸੀਂ ਪਬਲਿਕ ਨਾ ਰਿਜੈਕਟ ਕਰੇ ਨਾ, ਬਾਕੀ ਜੇ ਕੋਈ ਨਾ ਮੀਟਿੰਗ ਕਰੋ ਜਾਂ ਦੂਜੇ ਕੋਈ ਵੀ ਕੋਈ ਅਥਾਰਟੀ ਇਹਨਾਂ ਨੂੰ ਰੋਕ ਨਹੀਂ ਸਕਦੀ, ਕਿਉਂਕਿ ਫਰੀਡਮ ਹੈ, ਜੋ ਮਰਜ਼ੀ ਉਹ ਗਾਣਾ ਬੋਲ ਸਕਦੇ, ਜਿਹੜਾ ਮਰਜ਼ੀ ਗਾ ਸਕਦੇ, ਜਿੰਨਾ ਮਰਜ਼ੀ ਗਾ। ਜਦ ਤੱਕ ਲੇਡੀਜ਼ ਖੁਦ ਕਹਿਣ ਹਸਬੈਂਡ ਨੂੰ ਨਾਲ ਰਲ ਕੇ, ਬਈ ਨਹੀਂ, ਸਾਡੀਆਂ ਧੀਆਂ ਭੈਣਾਂ ਸੁਣਦੀਆਂ, ਕੱਲ੍ਹ ਇਹਨਾਂ ਦੇ ਕੀ ਇੰਪਰੈਸ਼ਨ ਪਏਗਾ, ਇਹ ਵੀ ਇਹ ਲਵਾਰਸ ਹੋਣਗੀਆਂ, ਕੱਲ੍ਹ ਇਹ ਵੀ ਗਾਣੇ ਹੀ ਸਿੱਖਣਗੀਆਂ, ਇਹ ਹੀ ਬੋਲਣਗੀਆਂ। ਔਰ ਇੱਕ ਔਰ ਦਾ ਜਿਹੜਾ ਕੁੜੀ ਦਾ ਹੋਰ ਕੀ ਵਕਤ ਹੈ, ਉਹੀ ਚੀਜ਼ ਹੈਗੀ ਹੈ ਇਹ ਸਾਡੀ। ਜਦ ਤੱਕ ਪਬਲਿਕ ਰਿਜੈਕਟ ਨਾ ਕਰੇ, ਯੂ ਕਾਂਟ ਸਟਾਪ ਦੈਮ, ਇਹ ਮੈਂ 100% ਕਹਿਣਾ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿੰਨੇ ਕਿੰਨੇ ਹਜ਼ਾਰ ਪਾਉਂਡ ਲੈਂਦੇ ਨੇ, ਔਰ ਇਸ ਗੱਲ ਬੋਲਣ ਦਾ, ਸਿਰ ਉਹ ਗੰਦੇ ਲਫ਼ਜ਼ ਬੋਲਣ ਦਾ, ਪੀਪਲ ਲਾਈਕ ਇਟ, ਦੈਟਸ ਇਟ। ਬਿਲਕੁਲ, ਮੈਂ ਵੇਖਿਆ, ਮੈਂ ਵੇਖਿਆ, ਕੀ ਸੁਣ ਰਹੇ ਹਾਂ? ਬਹੁਤ ਬਹੁਤ ਧੰਨਵਾਦ ਜੀ। ਮੈਂ ਵੇਖਿਆ ਕਿ ਕਈ ਸਾਡੇ ਹੀ ਗਲਤੀਆਂ ਹੈਗੀਆਂ, ਇਹਨਾਂ ਪ੍ਰਮੋਟਰਾਂ ਨੂੰ ਅਸੀਂ, ਇਹਨਾਂ ਗਾਇਕਾਂ ਨੂੰ ਅਸੀਂ ਹੀ ਪ੍ਰਮੋਟ ਕਰਦੇ ਹਾਂ, ਆਪਣੇ ਮੁਲਕਾਂ ਦੇ ਵਿੱਚ ਬੁਲਾਉਂਦੇ ਹਾਂ, ਕੌਨਸਰਟ ਕਰਦੇ ਹਾਂ ਵੱਡੇ ਵੱਡੇ, ਲੇਕਿਨ ਕਿਤੇ ਨਾ ਕਿਤੇ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਉਹ ਚੀਜ਼ ਪ੍ਰਮੋਟ ਕਰੀਏ। ਹੁਣ ਕਈ ਜਿਹੜੇ ਕੌਨਸਰਟ ਹੋਏ ਨੇ, ਚਾਹੇ ਉਹ UK ਦੇ ਵਿੱਚ ਹੋਣ, USA ਦੇ ਵਿੱਚ, ਕੈਨੇਡਾ ਦੇ ਵਿੱਚ, ਤਾਂ ਅਸੀਂ ਕਿਤੇ ਨਾ ਕਿਤੇ ਇਹ ਜ਼ਿੰਮੇਵਾਰੀ ਨਿਭਾਈਏ ਕਿ ਉਹਨਾਂ ਫਨਕਾਰਾਂ ਨੂੰ ਬੁਲਾਈਏ ਜਾਂ ਫਿਰ ਉਹਨਾਂ ਗਾਇਕਾਂ ਨੂੰ ਬੁਲਾਈਏ ਕਿ ਜੋ ਵਾਕਿਆ ਹੀ ਸੋਚ ਰਹੇ ਹਨ ਵਿਰਸੇ ਬਾਰੇ, ਵਾਕਈ ਹੀ ਜੋ ਸੱਭਿਆਚਾਰ ਨੂੰ ਜਿਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਅਜੇ ਤੱਕ, ਅਸੀਂ ਉਹਨੂੰ ਪ੍ਰਮੋਟ ਕਰ ਸਕਦੇ ਹਾਂ। ਇਹ ਕਹਿਣਾ ਸੀਗਾ ਸਾਡੇ ਕਾਲਰ ਦਾ। ਸਾਡੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਜਾਣ ਦੀ ਕੋਸ਼ਿਸ਼ ਕਰਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਡਾਕਟਰ ਵਿਸ਼ਨੂੰ ਮਲਹੋਤਰਾ ਬੋਲਦਾ ਹਾਂ, ਬਰਮਿੰਘਮ ਤੋਂ। ਜੀ ਡਾਕਟਰ ਮਲਹੋਤਰਾ, ਕੀ ਕਹਿਣਾ ਚਾਹੋਗੇ? ਭਾਜੀ, ਯਾਨੀ ਜਿਹੜਾ ਸਵਾਲ ਤੁਸੀਂ ਉਠਾਇਆ ਹੈਗਾ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਇਹਦੇ ਵਿੱਚ ਤਿੰਨ ਚਾਰ ਜਣ ਕੇ ਨੁਕਤੇ ਕਹਿਣਾ ਮੈਂ ਆਪਣੇ ਚਾਹੁੰਦਾ। ਇੱਕ ਤਾਂ ਮੈਂ ਇਸ 'ਤੇ ਵੈਲਕਮ ਕਰਦਾ ਜੇ ਪੰਜਾਬ ਗੌਰਮੈਂਟ ਜਿਹੜੀ ਆ ਉਹ ਕੋਈ ਇਹੋ ਜਿਹਾ ਸੈਂਸਰ ਬੋਰਡ ਯਾਨੀ ਬਣਾਉਂਦੀ ਆ, ਅਤੇ ਉਹਦੇ 'ਤੇ ਪੂਰੀ ਤਰ੍ਹਾਂ ਉਹਨੂੰ ਮੋਨੀਟਰਿੰਗ ਕਰਦੀ ਹੈ, ਪੂਰੀ ਤਰ੍ਹਾਂ ਉਹਨੂੰ ਰਿਵਿਊ ਵੀ ਕਰਦੀ ਹੈ, ਅਤੇ ਉਹ 'ਤੇ ਐਕਟਿਵ ਹੁੰਦੀ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਸ ਤਰ੍ਹਾਂ ਅਸੀਂ ਫਿਲਮਾਂ ਦੇ ਲਈ ਸੈਂਸਰ ਬੋਰਡ ਬਣਾਉਂਦੇ ਹੈਗੇ, ਮੈਂ ਸੁਣ ਲਿਆ ਵੀ ਜਿਹੜਾ ਗਾਣੇ ਹੈਗੇ, ਸੰਗੀਤ ਹੈਗਾ ਉਹ, ਕਿਉਂਕਿ ਉਹਦਾ ਬਹੁਤ ਵੱਡਾ ਅਸਰ ਹੈਗਾ, ਸਾਡਾ ਸਾਰਾ ਗੁਰੂ ਗ੍ਰੰਥ ਸਾਹਿਬ ਯਾਨੀ ਕਿਹੜਾ ਹੈਗਾ ਉਹ ਸੰਗੀਤ ਵਿੱਚ ਲਿਖਿਆ ਹੈਗਾ, ਪੋਇਟਰੀ ਵਿੱਚ ਲਿਖਿਆ ਹੈਗਾ, ਅਤੇ ਬਹੁਤ ਸਾਰੇ ਦੁਨੀਆਂ ਵਿੱਚ ਪੋਏਟ ਹੋਏ ਹੈਗੇ, ਪਾਬਲੋ ਨਰੂਦਾ ਯਾਨੀ ਕਿ ਜਾਂ ਸਾਡਾ ਵੀ ਜਿਹੜਾ ਹੈਗਾ ਆਸ਼ ਹੈਗਾ, ਯਾਨੀ ਕਿ ਹੋਰ ਬਹੁਤ ਸਾਰੇ ਯਾਨੀ ਕਿ ਕਰਤਾਰ ਸਿੰਘ ਸਰਾਭੇ ਹੋਣਾ ਯਾਨੀ ਕਿਹੜੀਆਂ ਕਵਿਤਾਵਾਂ ਲਿਖੀਆਂ ਹੈਗੀਆਂ, ਉਹਦਾ ਯੂਥ 'ਤੇ ਉਹਦਾ ਸਮਾਜ 'ਤੇ ਬਹੁਤ ਵੱਡਾ ਅਸਰ ਪੈਂਦਾ। ਬਿਲਕੁਲ ਪੈਂਦਾ। ਜੇ ਅਸੀਂ ਨੰਦ ਲਾਲ ਨੂਰਪੁਰੀ ਦੇ ਗਾਣੇ ਸੁਣੀਏ, ਜਿਹੜੇ ਕਿ ਜਿਹੜੇ ਸਾਡੇ ਸੁਰਿੰਦਰ ਕੌਰ ਨੇ ਗਾਏ ਹੈਗੇ, ਪ੍ਰਕਾਸ਼ ਕੌਰ ਨੇ ਗਾਏ, ਅੱਜ ਵੀ ਜੀ ਹੈ ਉਹ, ਅੱਜ ਵੀ ਆਸਾ ਸਿੰਘ ਮਸਤਾਨਾ ਦੇ ਗਾਣੇ ਸਾਡਾ ਦਿਲ ਕਰਦਾ ਸੁਣਨ ਨੂੰ, ਅੱਜ ਵੀ ਯਾਨੀ ਕਿ ਜਮਲਾ ਜੱਟ ਦੇ ਗਾਣੇ ਸੁਣਦੇ ਹਾਂ ਤਾਂ ਬੜਾ ਯਾਨੀ ਕਿ ਸਾਨੂੰ ਆਨੰਦ ਆਉਂਦਾ ਹੈ। ਇਸ ਕਰਕੇ ਜਾਂ ਜਿਹੜੀ ਸ਼ਿਵ ਕੁਮਾਰ ਬਟਾਲਵੀ ਦੀ ਪੋਇਟਰੀ ਹੈਗੀ ਆ, ਉਹ ਅੱਜ ਵੀ ਜਿਹੜੇ ਜਿਹੋ ਜਿਹੇ ਲਾਫੀ ਉਹਨੇ ਵਰਤੇ ਹੈਗੇ ਆ, ਮੈਂ ਸਲਾਹ ਯਾਨੀ ਕਿ ਜਾਂ ਬਾਹਰ
ਜਿਹੜੀ ਪੋਇਟਰੀ ਹੈਗੀ ਉਹਦਾ ਬਹੁਤ ਵੱਡਾ ਯੂਥ 'ਤੇ ਯਾਨੀ ਕਿ ਬਹੁਤ ਛੇਤੀ ਅਸਰ ਪੈਂਦਾ ਹੈਗਾ। ਇਹ ਕੁਛ ਯਾਨੀ ਕਿ ਪੋਇਟਾਂ ਨੇ ਦੁਨੀਆ ਭਰ ਵਿੱਚ ਰੈਵੋਲੂਸ਼ਨ ਵੀ ਲਿਆਂਦੇ ਹੈ, ਜਿਹਦੇ ਵਿੱਚ ਕਿ ਬਹੁਤ ਸਾਰੇ ਕਾਲੇ ਪੋਇਟ ਵੀ ਹੈ, ਜਾਣ ਕੇ ਜਾਂ ਇੱਥੇ ਵੈਸਟਰਨ ਵਰਲਡ ਦੇ ਵਿੱਚ ਵੀ ਕੁਛ ਇਹੋ ਜਿਹਾ ਗਾਇਕ ਹੈਗੇ ਆ, ਤੁਹਾਡੇ ਯਾਨੀ ਕਿ ਮਨ ਨੂੰ ਇਹੋ ਜਿਹਾ ਟੁੰਬਦੇ ਹੈਗੇ ਆ, ਤੁਸੀਂ ਤੁਹਾਡਾ ਯਾਨੀ ਕਿ ਰੋਣ ਨਿਕਲ ਜਾਂਦਾ ਲੈ ਵੀ ਹੈ ਪੋਇਟਰੀ, ਯਾਨੀ ਕਿ ਐਡਾ ਵੱਡਾ ਉਹਦਾ ਅਸਰ ਹੈਗਾ ਤੁਹਾਡਾ, ਉਹ ਜੋ ਤੁਸੀਂ ਸੁਣਦੇ ਹੈਗੇ ਉਸ ਮਿਊਜ਼ਿਕ ਨੂੰ ਤੁਸੀਂ ਸਰਸ਼ਾਰ ਹੋਏ ਨੇ ਆ। ਇਹ ਸ਼ਰਮ ਵਾਲੀ ਗੱਲ ਹੈ ਜਿਸ ਯਾਨੀ ਕਿ ਪੰਜਾਬੀ ਸਾਡੀ ਗਾਇਕੀ ਦੇ ਵਿੱਚ ਖਾਸ ਕਰਕੇ ਇੱਥੇ ਇੰਗਲੈਂਡ ਦੇ ਵਿੱਚ ਜਾਣ ਕੇ ਸਾਡੇ ਕੁਛ ਗਾਇਕਾਂ ਨੇ ਹੈਗਾ ਜਾਤਪਾਤ ਨੂੰ ਬਹੁਤ ਪ੍ਰਮੋਟ ਕੀਤਾ ਹੈਗਾ, ਉਹਨਾਂ ਨੇ ਜੱਟਵਾਦ ਨੂੰ ਬਹੁਤ ਪ੍ਰਮੋਟ ਕੀਤਾ ਹੈਗਾ। ਬਿਲਕੁਲ ਬਿਲਕੁਲ, ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹੂੰਗਾ ਕਿ ਕਿਹਨਾਂ ਗਾਣਿਆਂ ਦੀ ਅਸੀਂ ਗੱਲ ਕਰ ਰਹੇ ਹਾਂ। ਮੈਂ ਦਰਖਾਸਤ ਕਰੂੰਗਾ ਟੀਮ ਨੂੰ ਕਿ ਦਿਖਾਉਣ ਕਿਹਨਾਂ ਗਾਣਿਆਂ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਅੱਜ ਸਮਾਜ ਦੇ ਵਿੱਚ ਹਿੱਸਾ ਬਣ ਰਹੇ ਨੇ। ਮੈਂ ਜ਼ਰੂਰ ਆਪਣੀ ਟੀਮ ਨੂੰ ਦਰਖਾਸਤ ਕਰਾਂਗਾ ਭਾਈ ਜੀ ਕਿ ਮੈਂ ਗੱਲ ਆਪਣੇ ਛੋਟੇ ਭਾਈ ਗੱਲ ਮੈਂ ਇੱਥੇ ਕਿ ਫਿਨਿਸ਼ ਕਰਨੀ ਚਾਹੁੰਦਾ ਸੀਗਾ ਲੈ ਵੀ ਕੁਛ ਦਿਨ ਕਿ ਸਾਡੇ ਜਿਹੜੇ ਗਾਇਕ ਇੱਥੇ ਹੈਗੇ ਨਾ ਉਹ ਇਹੋ ਜਿਹਾ ਗਾਇਕ ਹੈ ਜਿਹੜਾ ਕਿ ਇਹੋ ਜਿਹਾ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ। ਦੂਜੀ ਡੋਪਿੰਗ ਦੀ ਜਿਹੜੀ ਗੱਲ ਹੈ ਕਿ ਇਹਨਾਂ ਡੋਪਿੰਗ ਦੇ ਟੈਸਟ ਕਿਉਂ ਨਹੀਂ ਹੋਣੇ ਚਾਹੀਦੇ, ਇਹਨਾਂ ਦੇ ਯਾਨੀ ਕਿ ਟੈਸਟ ਜਿਹੜੇ ਹੈਗੇ ਆ ਇਹਦੇ ਬਾਰੇ ਜ਼ਰੂਰ ਹੋਣੇ ਚਾਹੀਦੇ ਆ। ਤੇ ਮੈਂ ਸਮਝ ਵੀ ਸਮਾਜ ਨੂੰ ਵੀ ਮੈਂ ਇੱਥੇ ਆਮ ਹੀ ਕਹਿੰਦਾ ਹੁੰਦਾ ਤੁਸੀਂ ਰੇਡੀਓ ਟੈਲੀਵਿਜ਼ਨ ਤੇ ਜਦੋਂ ਇਹੋ ਜਿਹੇ ਗਾਣੇ ਆਉਂਦੇ ਆ ਲੱਕ 20 ਦੇ ਫੈਨ ਧਮਕਾਨੀ ਵੀ ਕੀ ਉਹ ਆਪਣੀ ਭੈਣ ਦੀ ਗੱਲ ਕਰ ਰਹੇ ਹਨ ਕਿ ਜਾਂ ਆਪਣੀ ਕੁੜੀ ਦੀ ਗੱਲ ਕਰ ਰਹੇ ਹਨ। ਸਹੀ ਗੱਲ ਹੈ ਜੀ, ਉਹ ਠੋਕ ਕਿਨੂੰ ਰਿਹਾ ਔਰ ਜੀ ਬਿਲਕੁਲ ਬਿਲਕੁਲ ਕਿਹਦੇ ਲਈ ਹਥਿਆਰ ਚੱਕ ਰਿਹਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਗੱਲ ਰੱਖੀ। ਮੈਂ ਦਿਖਾਉਣਾ ਚਾਹਾਂਗਾ ਕਿ ਕਿਹਨਾਂ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਔਰ ਕਿਹਨਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਇਹ ਜਿਹੜੀ ਤਜਵੀਜ਼ ਹੈ ਹੁਣ ਕਮੇਟੀ ਵੱਲੋਂ ਖੈਰ ਤੈਅ ਹੋਏਗੀ, ਲੇਕਿਨ ਅਸੀਂ ਜ਼ਰੂਰ ਦਿਖਾਉਣਾ ਚਾਹਾਂਗੇ ਇੱਕ ਵਾਰੀ। ਜੱਟਾਂ ਦੇ ਪੁੱਤ ਪੀਂਦੇ ਜੇ ਮਸਨ ਪੀ ਕੇ ਮਾਰਦੇ ਫਿਰਨ ਲਲਕਾਰੇ। ਅਤੇ ਅਜੇ ਕਈ ਸੌਂਗਸ ਹਨ ਜਿਹੜੇ ਕਿ ਅੱਜ ਕੱਲ੍ਹ ਸੁਨੇਹਾ ਦੇ ਰਹੇ ਨੇ ਸਾਡੀ ਨਵੀਂ ਪਨੀਰੀ ਨੂੰ, ਯੂਥ ਨੂੰ। ਅਤੇ ਅਜੇ ਕਈ ਹੋਰ ਵੀ ਸੌਂਗਸ ਹਨ, ਬਹੁਤ ਬੇਸ਼ੁਮਾਰ ਯੂਟਿਊਬ ਦੇ ਉੱਤੇ ਤੁਸੀਂ ਚਲੇ ਜਾਓ ਤਾਂ ਤੁਹਾਨੂੰ ਖਜ਼ਾਨਾ ਮਿਲੇਗਾ ਇਹਨਾਂ ਸੌਂਗਸ ਦਾ। ਲੇਕਿਨ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਇਸ ਮਤਲਬ ਕੀ ਕੁਝ ਸਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਿੰਦਰ ਬੋਲਿਆ ਗਿਰੀਪੁਰ। ਅੱਜ ਨਾ ਮੈਂ ਇੱਕ ਜਗ੍ਹਾ ਤੇ ਗਿਆ ਤਾਂ ਫੋਟੋ ਦੇਖੀ, ਇੱਕ ਪਾਸੇ ਗੁਰੂ ਨਾਨਕ ਦੇਵ ਜੀ ਸੀ, ਦੂਜਾ ਗੁਰੂ ਗੋਬਿੰਦ ਸਿੰਘ, ਚੌਥਾ ਗੁਰੂ ਗ੍ਰੰਥ ਸਾਹਿਬ ਸੀਗੇ, ਉਸ ਜਗ੍ਹਾ ਤੇ ਸਭ ਕੁਛ ਦਿਖਦਾ ਸੀਗਾ। ਇਹ ਤੁਸੀਂ ਦੱਸੋ ਹੁਣ ਏਦਾਂ ਹੀ ਫੋਟੋ ਲਗਾ ਕੇ ਤੇ ਬਿਜ਼ਨਸ ਰਨ ਕਰਦੇ ਹਾਂ ਤੇ ਬੱਚਿਆਂ ਤੋਂ ਅਸੀਂ ਕੀ ਸਿਖਾਵਾਂਗੇ? ਕਰੈਕਟ ਕਰੈਕਟ ਕਰੈਕਟ, ਬਹੁਤ ਬਹੁਤ ਧੰਨਵਾਦ ਸੁਰਿੰਦਰ ਸਿੰਘ ਜੀ। ਸਾਡੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਪੰਜਾਬੀ ਫੋਕ ਦੇ ਉੱਤੇ ਪੰਜਾਬੀ ਸੱਥ ਨਾਲ ਮਿਲ ਕੇ ਤੇ ਸਾਡਾ ਸੁਨੇਹਾ ਇਹ ਸੀਗਾ ਕਿ ਲੋਕਾਂ ਨੂੰ ਪੰਜਾਬੀ ਗਾਇਕੀ ਦੇ ਨਾਲ ਜੋੜਿਆ ਜਾਵੇ ਤੇ ਲੋਕਾਂ ਦਾ ਹੰਗਾਰਾ ਸਾਨੂੰ ਇੰਨਾ ਵਧੀਆ ਮਿਲਿਆ, ਲੋਕ ਚੰਗਾ ਮਿਊਜ਼ਿਕ ਅਜੇ ਵੀ ਸੁਣਨਾ ਚਾਹੁੰਦੇ ਬਿਲਕੁਲ ਚਾਹੁੰਦੇ ਨੇ। ਮੈਂ ਦੇਖਿਆ ਕਿ ਮੈਂ ਤਾਰੀਫ ਵੀ ਕਰਾਂਗਾ ਕਈ ਪ੍ਰਮੋਟਰਸ ਦੀ ਜੋ ਕਿ ਪੰਜਾਬ ਦੇ ਵਿੱਚ ਸੱਭਿਆਚਾਰ ਮੇਲਾ, ਸੱਭਿਆਚਾਰਕ ਸਾਂਝ ਨੂੰ ਔਰ ਅੱਜ ਵੀ ਹੱਲਾਸ਼ੇਰੀ ਦੇ ਰਹੇ ਨੇ। ਔਰ ਮੈਂ ਵੇਖਿਆ ਕਿ ਜਿੰਨੀ ਭੀੜ ਉਸ ਕੌਂਸਰਟ ਦੇ ਵਿੱਚ ਨਹੀਂ ਹੁੰਦੀ ਔਰ ਉਸ ਤੋਂ ਜ਼ਿਆਦਾ, ਕਿਉਂਕਿ ਉਸ ਭੀੜ ਪੇਰੈਂਟਸ ਦੀ ਹੁੰਦੀ ਹੈ, ਮਾਪਿਆਂ ਦੀ ਹੁੰਦੀ ਹੈ, ਫੈਮਿਲੀ ਦੀ ਭੀੜ ਹੁੰਦੀ ਹੈ, ਜਿਹਦੇ ਵਿੱਚ ਤੁਸੀਂ ਘਰ ਦੇ ਸਾਰੇ ਮੈਂਬਰਸ ਨੂੰ ਲਿਜਾ ਸਕਦੇ ਹੋ। ਕਰੈਕਟ, ਅਸੀਂ ਆਸ ਰੱਖੀ ਸੀਗੀ ਕਿ ਸਾਨੂੰ 200 ਬੰਦਾ ਹੋ ਜਾਵੇ ਸਾਡੇ ਵਾਸਤੇ ਤਾਂ ਬਹੁਤ ਆ ਜੀ, ਪਰ ਸਾਡਾ 400 ਤੋਂ ਉੱਪਰ ਹਾਲ ਭਰ ਗਿਆ ਸੀ ਜੀ। ਦੇਖ ਲਓ ਦੇਖ ਲਓ ਦੇਖ ਲਓ ਦੇਖ ਲਓ, ਅੱਜ ਵੀ ਇਹ ਪੰਜਾਬੀ ਸਾਥ ਵੱਲੋਂ ਮੋਤਾ ਸਿੰਘ ਹੋਣਾ ਨੇ ਜੀ ਕਾਫੀ ਕੋਸ਼ਿਸ਼ ਕੀਤੀ ਤੇ ਕੁਛ ਅਸੀਂ ਨਾਲ ਉਹਨਾਂ ਦੇ ਹੋ ਕੇ ਜੋ ਪ੍ਰੋਗਰਾਮ ਕਰਵਾਇਆ ਸਾਨੂੰ ਉਹਨਾਂ ਨੇ ਸਪੋਰਟ ਕੀਤਾ ਨਾ ਜੀ ਜੀ ਜੀ। ਪਰ ਅੱਜ ਜਿਹੜੀ ਸਾਡੀ ਗਾਇਕੀ ਦੇ ਨਗਾਰ ਆਉਣ ਦਾ ਕਾਰਨ, ਮੁੱਖ ਕਾਰਨ ਕੀ ਆ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਨਾ ਉਹ ਇੱਕਦਮ ਸਟਾਰ ਬਣਨਾ ਚਾਹੁੰਦੀ ਆ। ਕਰੈਕਟ ਕਰੈਕਟ, ਵਨ ਨਾਈਟ ਚ ਦੇ ਵਾਂਟ ਟੂ ਬਿਕਮ ਸੁਪਰਸਟਾਰ ਜੀ ਜੀ ਜੀ। ਬਸ ਅਸੀਂ ਬੜਾ ਸ਼ਾਰਟਕਟ ਲੈ ਕੇ ਆਪਣੇ ਆਪ ਨੂੰ ਟੌਪ ਤੇ ਜਾਣਾ ਚਾਹੁੰਦੇ ਆ। ਕਰੈਕਟ 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 ਜੀ, ਠੀਕ ਹੈ।
ਮੈਂ ਹੋਰ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਸਾਰੇ ਮੇਰੇ ਤੋਂ ਜ਼ਿਆਦਾ ਸੀਨੀਅਰ ਤੁਹਾਡੇ ਜਿਹੜੇ ਬੁਲਾਰੇ ਸੀਗੇ ਬੋਲ ਕੇ ਗਏ ਆ, ਬਹੁਤ ਵਧੀਆ ਵਿਚਾਰ ਦਿੱਤੇ ਸਾਰਿਆਂ ਨੇ। ਜੀ 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 ਪਰ ਸਾਨੂੰ ਆਪਣੇ ਵਿਰਸੇ ਵੱਲ, ਆਪਣੇ ਇਤਿਹਾਸ ਵੱਲ ਤੇ ਆਪਣੀ ਵਿਰਾਸਤ ਵੱਲ ਥੋੜੀ ਜਿਹੀ ਝਾਤੀ ਮਾਰਨੀ ਚਾਹੀਦੀ ਆ। ਜਿਹੜੇ ਸਾਡੇ ਪ੍ਰਮੋਟਰ ਆ ਜਾਂ ਸਾਡੇ ਟੀਵੀ ਪ੍ਰੋਗਰਾਮ ਦੇ ਪ੍ਰੈਜ਼ੈਂਟਰ ਆ, ਉਹਨਾਂ ਦੀ ਜ਼ਿੰਮੇਵਾਰੀ ਜ਼ਿਆਦੀ ਵੱਧਦੀ ਆ ਕਿਉਂਕਿ ਜ਼ਿੰਮੇਵਾਰ ਲੋਕਾਂ ਦਾ ਕੰਮ ਆ। ਕਰੈਕਟ ਕਰੈਕਟ ਕਰੈਕਟ, ਆਪਣੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਔਰ ਇੱਕ ਸੁਨੇਹਾ ਦੇਣ ਜਿਹਦੇ ਨਾਲ ਇੱਕ ਸਕਾਰਾਤਮਕ ਜਿਹੜੀ ਸੋਚ ਆ ਉਹ ਸ਼ੁਰੂ ਹੋ ਚੁੱਕਿਆ ਔਰ ਨਕਾਰਾਤਮਕ ਵਿਚਾਰ ਜਿਹੜੇ ਨੇ ਉਹ ਖਤਮ ਹੋ ਸਕੇ। ਮੈਂ ਇੱਕ ਛੋਟਾ ਜਿਹਾ ਸਿਰਫ ਇਗਜ਼ਾਮਪਲ ਤੁਹਾਨੂੰ ਦੇਣਾ ਚਾਹੁੰਦਾ। ਮੈਂ ਹਾਲ ਫਿਲਹਾਲ ਦੇ ਵਿੱਚ ਕਿਸੇ ਆਪਣੇ ਰਿਸ਼ਤੇਦਾਰ ਦੇ ਘਰ ਗਿਆ ਸੀਗਾ, ਮੈਂ ਪੁੱਛਿਆ ਬੱਚੇ ਕਿੱਥੇ ਨੇ, ਕਹਿੰਦੇ ਬੱਚੇ ਬੇਸਮੈਂਟ ਦੇ ਵਿੱਚ ਨੇ, ਉਹਨਾਂ ਦੇ ਘਰ ਦੇ ਵਿੱਚ ਪਾਰਟੀ ਚੱਲ ਰਹੀ ਸੀ। ਮੈਂ ਕਿਹਾ ਕਿਉਂ ਬੱਚਿਆਂ ਨੂੰ ਤੁਸੀਂ ਕਿਉਂ ਨਹੀਂ ਬੁਲਾਇਆ, ਕਹਿੰਦੇ ਅਸੀਂ ਬੱਚਿਆਂ ਨੂੰ ਇਸ ਪਾਰਟੀ ਦਾ ਯਾਨੀ ਕਿ ਜਿੱਥੇ ਸ਼ਰਾਬ ਸ਼ਰੂਬ ਚੱਲ ਰਹੀ ਸੀਗੀ ਉਹਦਾ ਹਿੱਸਾ ਨਹੀਂ ਬਣਾਉਂਦੇ, ਅਸੀਂ ਨਹੀਂ ਚਾਹੁੰਦੇ ਕਿ ਉਹ ਘਰ ਦੇ ਵਿੱਚ ਜਿਹੜਾ ਇੱਕ ਸੁਨੇਹਾ ਹੈ ਉਹਨਾਂ ਨੂੰ ਆ ਜਾ ਸਕੇ ਕਿ ਔਰ ਕੱਲ੍ਹ ਨੂੰ ਉਹ ਵੀ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਇਸਦਾ ਸੇਵਨ ਕਰਨ। ਅਤੇ ਮੈਂ ਅਤੇ ਸੁਣ ਕੇ ਹੈਰਾਨ ਵੀ ਹੋਇਆ ਕਿ ਇੱਕ ਪਾਸੇ ਤੁਸੀਂ ਸ਼ਰਾਬ ਪੀ ਵੀ ਰਹੇ ਹੋ ਲੇਕਿਨ ਦੂਜੇ ਪਾਸੇ ਤੁਸੀਂ ਆਪਣੇ ਬੱਚਿਆਂ ਬਾਰੇ ਵੀ ਸੋਚਿਆ ਹੋਇਆ, ਅਤੇ ਆਪਣੇ ਆਪਣੇ ਵਿਚਾਰ ਨੇ, ਆਪਣੇ ਆਪਣੇ ਤਰਕ ਘਰ ਦੇ ਵਿੱਚ ਲੋਕਾਂ ਨੇ ਸ਼ੁਰੂ ਕੀਤੇ ਹੋਏ ਨੇ, ਅਤੇ ਇੱਕ ਮੁਹਿੰਮ ਜਿਹੜੀ ਆ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਲੇਕਿਨ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਹੜੇ ਆ ਹੁਣ ਕਮੇਟੀ ਬਣਾਈ ਜਾ ਰਹੀ ਹੈ ਇਹਦੀ ਤਜ਼ਵੀਜ਼ ਜਿਹੜੀ ਆ ਉਹ ਪਬਲਿਕ ਡੋਮੇਨ ਦੇ ਵਿੱਚ ਸਾਫ਼ ਕੀਤੀ ਜਾਵੇ ਕਿ ਇਹ ਅਸੀਂ ਰੱਖਾਂਗੇ, ਅਸੀਂ ਨਹੀਂ ਰੱਖਾਂਗੇ। ਅੱਜ ਦੇ ਮੁੱਦੇ ਦੇ ਵਿੱਚ ਤੁਹਾਨੂੰ ਜਿਹੜੇ ਸਾਡੇ ਵਿਚਾਰ ਨੇ ਔਰ ਜਿਹੜੀ ਸਾਡੀ ਗੱਲਾਂ ਨੇ ਔਰ ਜਿਹੜਾ ਅੱਜ ਅਸੀਂ ਮੁੱਦਾ ਚੁੱਕਿਆ ਅੱਛਾ ਲੱਗਿਆ ਹੋਣਾ ਤਾਂ ਤੁਸੀਂ info@justbroadcasting.com, harkirat@justbroadcasting.com ਦੇ ਉੱਤੇ ਤੁਸੀਂ ਲਿਖ ਕੇ ਭੇਜ ਸਕਦੇ ਹੋ। ਔਰ ਜੇਕਰ ਤੁਸੀਂ ਚਾਹੁੰਦੇ ਹੋ ਅਜੇ ਹੋਰ ਵੀ ਮੁੱਦੇ ਤੁਹਾਡੇ ਸਾਹਮਣੇ ਲਿਆਏ ਜਾਣ ਤਾਂ ਤੁਸੀਂ ਉਹ ਵੀ ਮੈਨੂੰ ਲਿਖ ਕੇ ਭੇਜ ਸਕਦੇ ਹੋ। ਅੱਜ ਮੇਰੇ ਕੋਲ ਸਮਾਂ ਬਹੁਤਾ ਨਹੀਂ ਹੈਗਾ, ਮੈਂ ਰੀਅਲੀ ਅਪੋਲੋਜਾਈਜ਼ ਕਰਦਾ ਉਹਨਾਂ ਕਾਲਰਸ ਨੂੰ ਜਿਨ੍ਹਾਂ ਨੇ ਮੈਨੂੰ ਕਾਲ ਕੀਤੀ ਹੈ, ਜਿਨ੍ਹਾਂ ਦੀ ਮੈਂ ਕਾਲਸ ਨਹੀਂ ਚੱਕ ਪਾਇਆ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।